ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਹਾਂ। ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਚ। ਤੋ ਜੀ, ਮੈਂ ਆ ਗਈ ਹਾਂ ਤੁਹਾਡੇ ਵਾਸਤੇ ਇੱਕ ਨਵਾਂ ਬਲੌਗ ਲੈ ਕੇ। ਅਤੇ ਇੱਥੇ ਮੈਂ ਮਾਂਜ ਰਹੀ ਸੀ ਸਵੇਰ ਦੀ ਰੋਟੀਆਂ ਦੇ ਭਾਂਡੇ, ਅਤੇ ਮੈਂ ਰੋਟੀ ਵੀ ਖਾ ਲਈ ਹੈ, ਸਭ ਨੇ ਖਾ ਲਈ ਹੈ ਵੈਸੇ ਤਾਂ। ਅਤੇ ਸਫਾਈਆਂ ਵੀ ਮੈਂ ਸਵੇਰੇ ਜਲਦੀ ਕਰ ਲਈਆਂ ਸੀ, ਕਿਉਂਕਿ ਅੱਜ ਮੈਂ ਫਿਰ ਸਵੇਰੇ ਜਲਦੀ ਉੱਠ ਗਈ ਸੀਗੀ। ਭਾਵਨਾ 4 ਵਜੇ ਉੱਠ ਗਈ ਸੀ, ਅਤੇ ਉਹ ਫਿਰ ਦੁੱਧ ਵਗੈਰਾ ਪੀ ਜਾ ਰਹੀ ਸੀ ਪਰ ਸੋਈ ਨਹੀਂ ਸੀਗੀ। ਅਤੇ ਫਿਰ ਮੈਂ ਸੋਚਿਆ ਚਲੋ ਇਹਨੂੰ ਇਹਦੇ ਡੈਡੀ ਕੋਲ ਸਵਾ ਦਿੰਦੇ ਹਾਂ, ਕਿਉਂਕਿ ਮੈਨੂੰ ਤਾਂ ਐਵੇਂ ਪਰੇਸ਼ਾਨ ਕਰੂਗੀ। ਅਤੇ ਜਦੋਂ ਮੈਂ ਉਹਨੂੰ ਉਹਦੇ ਡੈਡੀ ਕੋਲ ਸਵਾਉਣ ਗਈ ਬਾਹਰ, ਕਿਉਂਕਿ ਉਹ ਬਾਹਰ ਸੌਂਦੇ ਨੇ ਸਾਰੇ, ਮੈਂ ਅੰਦਰ ਸੌਂਦੀ ਹਾਂ, ਮੈਨੂੰ ਠੰਡ ਲੱਗਦੀ ਹੈ ਇਸ ਕਰਕੇ। ਅਤੇ ਫਿਰ ਬਾਹਰ ਦੇਖਿਆ ਤਾਂ 5:30 ਵਜੇ ਹੋਏ ਸੀਗੇ, ਸਵੇਰ ਹੋ ਚੁੱਕੀ ਸੀ। ਮੈਂ ਸੋਚਿਆ ਵੀ ਹੁਣ ਕੀ ਸੋਣਾ, ਅਤੇ ਫਿਰ ਮੈਂ ਉੱਠ ਹੀ ਗਈ। ਭਾਵਨਾ ਨੂੰ ਮੈਂ ਇਹਦੇ ਡੈਡੀ ਕੋਲ ਸਵਾਤਾ, ਅਤੇ ਸਵਾ ਤਾਂ ਦਿੱਤਾ ਸੀ ਪਰ ਉਹ ਨਾ ਸੋਈ ਨਹੀਂ ਹੈਗੀ, ਉਹ ਫਿਰ ਉੱਠ ਹੀ ਗਈ, ਕਿਉਂਕਿ ਉਹ ਵਾਰ ਵਾਰ ਦੁੱਧ ਪੀ ਰਹੀ ਸੀ ਪਰ ਸ਼ਾਇਦ ਉਹਨੂੰ ਅੰਦਰੋਂ ਕੋਈ ਫੀਲ ਹੋ ਰਿਹਾ ਸੀਗਾ, ਅਤੇ ਉਹਨੇ ਉਲਟੀ ਕਰਤੀ ਬਾਅਦ 'ਚ, ਉਹ ਦੁੱਧ ਹਜ਼ਮ ਨਹੀਂ ਹੋਇਆ ਉਹਦੇ। ਅਤੇ ਮੈਂ ਫਿਰ ਸਫਾਈਆਂ ਕਰਨ ਲੱਗ ਗਈ, ਮੈਂ ਕਿਹਾ ਚੱਲ ਕੰਮ ਸਟਾਰਟ ਕਰ ਦਿੰਦੇ ਹਾਂ। ਅਤੇ ਇੱਥੇ ਜੀ ਹੁਸਨ ਅਤੇ ਭਾਵਨਾ ਦੋਨੇ ਖੇਲਣ ਲੱਗ ਰਹੀਆਂ ਨੇ। ਭਾਵਨਾ ਨੂੰ ਹੋ ਗਿਆ ਬਹੁਤ ਤੇਜ਼ ਬੁਖਾਰ, ਅਤੇ ਇਹਨੂੰ ਹੁਣ ਦਵਾਈ ਦਿੱਤੀ ਹੈ ਜਾਨਵੀ ਨੇ। ਜਾਨਵੀ ਦੀ ਛੁੱਟੀ ਸੀ ਨਾ ਅੱਜ ਸੰਡੇ ਕਰਕੇ, ਕੱਲ੍ਹ ਵੀ ਛੁੱਟੀ ਸੀ। ਅਤੇ ਫਿਰ ਸੁਸਨ ਆ ਗਈ ਸੀ, ਅਤੇ ਦੋਨੇ ਖੇਲੀ ਜਾਣ ਲੱਗ ਰਹੀਆਂ ਨੇ। ਅਤੇ ਅਸਲ 'ਚ ਇਹਨਾਂ ਨੂੰ ਜਾਨਵੀ ਖਿਲਾਉਣ ਲੱਗ ਰਹੀ, ਤੁਸੀਂ ਐਵੇਂ ਕਰੋ, ਤੁਸੀਂ ਐਵੇਂ ਕਰੋ, ਅਤੇ ਬਸ ਉਹ ਐਵੇਂ ਕਰੀ ਜਾਂਦੀਆਂ ਨੇ ਦੋਨੇ ਜਣੀਆਂ। ਅਤੇ ਜੀ ਬਸ ਮੈਂ ਫਿਰ ਮੇਰੀ ਸਲਾਹ ਸੀਗੀ ਵੀ ਚਲੋ ਮੈਂ ਨਾ ਕੱਪੜੇ ਕਿਸੇ ਦੇ ਘਰ ਧੋ ਲਿਆਵਾਂ, ਅਤੇ ਪਰ ਅਚਾਨਕ ਨਾ ਮੇਰੇ ਸਿਰ 'ਚ ਮਾਈਗ੍ਰੇਨ ਵਾਲਾ ਪੇਨ ਸਟਾਰਟ ਹੋ ਗਿਆ, ਅਤੇ ਇਸ ਕਰਕੇ ਫਿਰ ਮੈਂ ਆਰਾਮ ਕਰਨ ਲੱਗ ਗਈ। ਮੈਂ ਲੇਟ ਗਈ, ਗੋਲੀ ਖਾ ਲਈ ਸੀ ਦਰਦ ਦੀ, ਅਤੇ ਮੈਂ ਫਿਰ ਸੋ ਗਈ। ਅਤੇ ਮੈਂ ਫਿਰ 4 ਵਜੇ ਸ਼ਾਮ ਦੇ 4 ਵਜੇ ਉੱਠੀ ਹੋਊਂਗੀ। ਅਤੇ ਇੱਥੇ 3 ਦਾ ਟਾਈਮ ਹੋ ਗਿਆ ਸੀਗਾ, 3 ਵਜੇ ਦਾ ਤਾਂ ਚਾਹ ਵੀ ਬਣਾਉਣ ਲੱਗ ਰਹੀ ਹੈ ਚਾਹ। ਅਤੇ ਉਹਦੇ ਡੈਡੀ ਨੇ ਕਹਿਤਾ ਸੀ ਵੀ ਤੇਰੀ ਮੰਮੀ ਚੱਲ ਠੀਕ ਨਹੀਂ ਹੈ, ਤੂੰ ਚਾਹ ਬਣਾ ਲਾ। ਅਤੇ ਕੁਛ ਤਾਂ ਵੈਸੇ ਸਾਡਾ ਮੋਟਰ ਕਰਕੇ ਮੂਡ ਵੈਸੇ ਖਰਾਬ ਹੋਇਆ ਰਹਿੰਦਾ ਵਾ, ਉਹਨਾਂ ਦਾ ਤਾਂ ਪਤਾ ਨਹੀਂ, ਮੇਰਾ ਤਾਂ ਹੋਇਆ ਰਹਿੰਦਾ ਵਾ। ਤਾਂ ਮੈਂ ਤਾਂ ਨਾ ਬਸ ਇਹ ਹੋ ਜਾਂਦਾ ਵੀ ਹਾਂ ਕੀ ਹੋ ਗਿਆ। ਅਤੇ ਜਿੱਥੇ ਜਾਨਵੀ ਹੁਣ ਦੁੱਧ ਪਾ ਦੂਗੀ, ਜਾਨਵੀ ਦੀ ਚਾਹ ਵੀ ਬਣਨ ਵਾਲੀ ਹੋ ਗਈ ਹੈ। ਅਤੇ ਗੋਲੀ ਨਾਲ ਪਹਿਲਾਂ ਤਾਂ ਆਰਾਮ ਨਹੀਂ ਆਇਆ ਹੈਗਾ, ਕਿਉਂਕਿ ਮੇਰੇ ਸਿਰ 'ਚ ਦਰਦ ਨਹੀਂ ਹੁੰਦਾ, ਮੇਰੇ ਜਿੱਥੇ ਆਪਣੇ ਵਾਲ ਨੇ ਖੋਪੜੀ ਆਪਣੀ, ਉੱਥੇ ਬਹੁਤ ਤੇਜ਼ ਦਰਦ ਹੁੰਦਾ। ਜਿਨ੍ਹਾਂ ਨੂੰ ਮਾਈਗ੍ਰੇਨ ਦਾ ਦਰਦ ਹੁੰਦਾ ਉਹਨਾਂ ਨੂੰ ਪਤਾ ਹੋਏਗਾ ਵੀ ਕਿਵੇਂ ਬਹੁਤ ਭਿਆਨਕ ਵਾਲਾ ਦਰਦ ਹੁੰਦਾ। ਅਤੇ ਹੁਣ ਮੇਰੀਆਂ ਦਵਾਈਆਂ ਵਗੈਰਾ ਵੀ ਸਾਰੀਆਂ ਖਤਮ ਹੋ ਰਹੀਆਂ ਨੇ, ਅਤੇ ਪੈਸੇ ਦੀ ਤੰਗੀ ਕਰਕੇ ਅਸੀਂ ਹਜੇ ਲੈ ਕੇ ਨਹੀਂ ਆਏ ਹੈਗੇ। ਅਤੇ ਇੱਥੇ ਸ਼ਾਇਦ ਦੁਪਹਿਰੇ ਮੀਂਹ ਆਇਆ ਹੋਊਗਾ, ਅਤੇ ਜਾਨਵੀ ਨੇ ਥੋੜ੍ਹਾ ਜਿਹਾ ਸ਼ੂਟ ਕੀਤਾ ਵੀ ਥੋੜ੍ਹੀ ਥੋੜ੍ਹੀ ਕਣੀਆਂ ਪੈਣ ਲੱਗ ਰਹੀਆਂ ਨੇ। ਕੱਲ੍ਹ ਵੀ ਪਈਆਂ ਨੇ ਸਾਡੇ ਕਣੀਆਂ, ਅਤੇ ਕੱਲ੍ਹ ਭਾਵਨਾ ਕਣੀਆਂ 'ਚ ਖੜੀ ਹੋ ਗਈ ਸੀ, ਇਸ ਕਰਕੇ ਤਾਂ ਉਹਨੂੰ ਬੁਖਾਰ ਚੜ ਗਿਆ, ਅਤੇ ਅੱਜ ਫਿਰ ਕਣੀਆਂ ਪੈਣ ਲੱਗ ਰਹੀਆਂ ਨੇ। ਅਤੇ ਬਸ ਥੋੜ੍ਹੀਆਂ ਹੀ ਪਈਆਂ ਹੋਣਗੀਆਂ, ਮੌਸਮ ਦੇਖ ਲਓ ਬੱਦਲ ਹਜੇ ਵੀ ਹੈਗੇ ਨੇ ਥੋੜ੍ਹੇ ਬਹੁਤੇ। ਅਤੇ ਉਸ ਤੋਂ ਬਾਅਦ ਫਿਰ ਸ਼ਾਮ ਦਾ ਟਾਈਮ ਹੈ, ਅਤੇ ਭਾਵਨਾ ਦੁੱਧ ਪੀ ਕੇ ਦੁਬਾਰਾ ਸੌ ਗਈ ਸੀ, ਕਿਉਂਕਿ ਇਹਨੂੰ ਬੁਖਾਰ ਦੀ ਦਵਾਈ ਦਿੱਤੀ ਸੀ ਜਾਨਵੀ ਨੇ, ਅਤੇ ਥੋੜ੍ਹਾ ਬਹੁਤਾ ਤਾਂ ਦਵਾਈ ਦਾ ਨਸ਼ਾ ਹੁੰਦਾ ਹੀ ਹੈ। ਅਤੇ ਜਾਨਵੀ ਇੱਥੇ ਕਰਨ ਲੱਗ ਰਹੀ ਹੈ ਹੋਮਵਰਕ, ਅਤੇ ਜਾਨਵੀ ਇੱਥੇ ਹੋਮਵਰਕ ਕਰਦੀ ਛੱਡ ਕੇ ਬਾਹਰ ਚਲੇ ਗਈ ਸੀ, ਕਿਉਂਕਿ ਬਾਹਰ ਆਏ ਹੋਏ ਆ ਸਾਡੇ ਮਿਸਤਰੀ ਮੋਟਰ ਠੀਕ ਕਰਨ ਵਾਲੇ। ਅਸੀਂ ਦੂਸਰਾ ਮਿਸਤਰੀ ਬੁਲਾਇਆ, ਪਹਿਲਾਂ ਉਹ ਮਿਸਤਰੀ ਦੇਖ ਕੇ ਗਏ ਸੀਗੇ ਜਿਨ੍ਹਾਂ ਨੇ ਮਨਾ ਕਰਤਾ ਸੀ ਮੋਟਰ ਸਹੀ ਨਹੀਂ ਹੁੰਦੀ, ਅਤੇ ਫਿਰ ਅਸੀਂ ਇੱਕ ਹੋਰ ਬੁਲਾ ਲਏ। ਉਹ ਹੁੰਦਾ ਨਾ ਜਿਵੇਂ ਆਪਣੇ ਘਰ 'ਚ ਕੋਈ ਪੇਸ਼ੈਂਟ ਹੋਵੇ, ਅਤੇ ਡਾਕਟਰ ਕਹਿ ਦਿੰਦਾ ਵਾ ਲਾਗੇ ਵਾਲਾ ਵੀ ਇਹਨੂੰ ਭਈ ਤੁਸੀਂ ਹੁਣ ਸੇਵਾ ਕਰ ਲਓ, ਠੀਕ ਨਹੀਂ ਹੁੰਦਾ ਹੁਣ, ਅਤੇ ਫਿਰ ਆਪਣਾ ਮਨ ਨਹੀਂ ਮੰਨਦਾ ਹੈਗਾ, ਆਪਾਂ ਫਿਰ ਵੀ ਕਿਤੇ ਲੈ ਕੇ ਜਾਂਦੇ ਹਾਂ ਇਹਨੂੰ ਦੂਸਰੇ ਡਾਕਟਰ ਕੋਲ ਵੀ ਸ਼ਾਇਦ ਹੈ ਨਾ ਮਾੜਾ ਮੋਟਾ ਕੋਈ ਫਰਕ ਪੈ ਜੇ, ਕੁਛ ਤਾਂ ਚਾਂਸ ਹੋਣ ਠੀਕ ਹੋਣ ਦੇ। ਉਹੀ ਗੱਲ ਜੀ ਸਾਡੇ ਨਾਲ ਬਣੀ ਹੈ,
ਸਾਨੂੰ ਉਸ ਮਿਸਤਰੀ ਨੇ ਕਿਹਾ ਸੀ ਤੁਹਾਡੀ ਮੋਟਰ ਠੀਕ ਨਹੀਂ ਹੁੰਦੀ ਹੈਗੀ, ਤੁਸੀਂ ਟੂਟੀ ਦਾ ਪ੍ਰਬੰਧ ਕਰੋ। ਪਰ ਸਾਨੂੰ ਐਂ ਸੀ ਵੀ ਸ਼ਾਇਦ ਕੋਈ ਮਤਲਬ ਕਿਤੇ ਤਾਂ ਗੁੰਜਾਇਸ਼ ਹੋਊਗੀ ਵੀ ਠੀਕ ਹੋ ਜਾਵੇ, ਅਤੇ ਇਸ ਕਰਕੇ ਅਸੀਂ ਹੋਰ ਮਿਸਤਰੀ ਬੁਲਾਇਆ। ਬਟ ਉਹਨੇ ਤਾਂ ਕੱਢ ਕੇ ਦੇਖੀ ਨਹੀਂ ਸੀ, ਇਹਨੇ ਸਾਰਾ ਕੁਛ ਕੱਢ ਕੇ ਦੇਖਿਆ ਅਤੇ ਫਿਰ ਇਹਨੇ ਵੀ ਜਵਾਬ ਦਿੱਤਾ ਕਿਉਂਕਿ ਸਾਡੀ ਮੋਟਰ ਮੱਚ ਗਈ ਅੰਦਰੋਂ, ਵੀ ਤੁਹਾਡੀ ਮੋਟਰ ਹੁਣ ਠੀਕ ਨਹੀਂ ਹੋ ਸਕਦੀ ਹੈਗੀ। ਅਤੇ ਜੀ ਹੁਣ ਸਾਨੂੰ ਪੂਰਾ ਯਕੀਨ ਹੋ ਗਿਆ ਵੀ ਹਾਂ ਵਾਕਈ ਹੁਣ ਸਾਡੀ ਮੋਟਰ ਸਾਨੂੰ ਜਵਾਬ ਦੇ ਗਈ ਹੈ, ਅਤੇ ਸਾਨੂੰ ਹੁਣ ਟੂਟੀ ਦਾ ਪ੍ਰਬੰਧ ਕਰਨਾ ਹੀ ਪਏਗਾ। ਚਲੋ ਟੂਟੀ ਦਾ ਵੀ ਕਰ ਲਾਂਗੇ, ਉਹ ਕੋਈ ਗੱਲ ਨਹੀਂ ਹੈ। ਪਰ ਨਾ 2 ਦਿਨ ਤੋਂ ਜਿਹੜੀ ਜਿੱਥੋਂ ਟੂਟੀ ਆਉਂਦੀ ਹੈ ਨਾ, ਉਹ ਵਾਲੀ ਮੋਟਰ ਖਰਾਬ ਹੋਈ ਹੈਗੀ ਹੈ, ਅਤੇ ਸਭ ਨੂੰ ਪਾਣੀ ਦੀ ਦਿੱਕਤ ਆ ਰਹੀ ਹੈ। ਅਤੇ ਇੱਥੇ ਸਾਡੇ ਸ਼ਹਿਰ 'ਚ ਹੁਣ ਸਾਡੀ ਗਲੀਆਂ 'ਚ ਟੈਂਕਰ ਆ ਰਹੇ ਨੇ 2 ਦਿਨ ਤੋਂ, ਵੀ ਸਾਰੇ ਪਾਣੀ ਭਰ ਲਓ ਜਿਨ੍ਹਾਂ ਨੂੰ ਲੋੜ ਹੈ। ਅਤੇ ਅਸੀਂ ਵੀ 4-5 ਬਾਲਟੀਆਂ ਟੈਂਕਰ ਤੋਂ ਲੈ ਕੇ ਆਏ ਸੀ, ਪਰ ਤੁਹਾਨੂੰ ਪਤਾ ਹੀ ਹੈ 4-5 ਬਾਲਟੀਆਂ ਨਾਲ ਕੀ ਬਣਦਾ ਵਾ। ਤੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਅਤੇ ਮੈਂ ਬਣਾ ਰਹੀ ਹਾਂ ਅੱਜ ਰੋਟੀ 'ਚ ਸਬਜ਼ੀ ਦੀ ਥਾਂ 'ਤੇ ਚਟਨੀ, ਕਿਉਂਕਿ ਸਬਜ਼ੀ ਕੋਈ ਹੈ ਨਹੀਂ ਸੀਗੀ, ਇਸ ਕਰਕੇ ਫਿਰ ਮੈਂ ਸੋਚਿਆ ਚਟਨੀ ਬਣਾ ਲੈਂਦੇ ਹਾਂ। ਅਤੇ ਇੱਥੇ ਨਾ ਤਾਂ ਚਟਨੀ ਨੂੰ ਵੀ ਤੜਕਾ ਲਾ ਕੇ ਫਿਰ ਖਾਂਦੇ ਨੇ, ਸਾਡੇ ਉੱਧਰ ਐਵੇਂ ਖਾ ਲੈਂਦੇ ਨੇ ਬਟ ਇੱਧਰ ਖਾਂਦੇ ਨੇ, ਇਸ ਕਰਕੇ ਫਿਰ ਮੈਂ ਤੜਕਾ ਲਾ ਰਹੀ ਹਾਂ ਚਟਨੀ ਨੂੰ। ਅਤੇ ਆਟਾ ਫਿਰ ਮੈਂ ਜਾਨਵੀ ਨੂੰ ਕਹਿ ਤਾ ਸੀ ਗੁੰਨਣ ਵਾਸਤੇ, ਉਹ ਗੁੰਨ ਦੂਗੀ, ਕਿਉਂਕਿ ਮੈਂ ਇੰਨੀ ਵੀ ਠੀਕ ਨਹੀਂ ਹੋਈ ਵੀ ਮੈਂ ਸਾਰਾ ਕੁਛ ਕਰ ਸਕਾਂ, ਬਸ ਐਵੇਂ ਆ ਵੀ ਥੋੜ੍ਹੀ ਜਿਹੀ ਹੈਲਪ ਵਗੈਰਾ ਕਰਾ ਦਿੰਦੇ ਹਾਂ। ਅਤੇ ਜਦੋਂ ਟੈਂਕਰ ਆਇਆ ਸੀ ਫਿਰ ਇਹਦੇ ਡੈਡੀ ਪਾਣੀ ਭਰਨ ਦੇ ਸੀ ਕਿ ਇੱਕ ਤਾਂ ਵੈਸੇ ਥੱਕੇ ਹੋਏ ਸੀ ਕਿਉਂਕਿ ਇੰਨੀ ਭਾਰੀ ਮੋਟਰ ਕੱਢੀ ਸੀਗੀ, ਖਿੱਚੀ ਸੀਗੀ, ਅਤੇ ਉਹ ਫਿਰ ਠੀਕ ਵੀ ਨਹੀਂ ਹੋਈ ਹੈਗੀ, ਹੈ ਨਾ, ਕੋਈ ਗੁੰਜਾਇਸ਼ ਵੀ ਨਹੀਂ ਹੈਗੀ। ਅਤੇ ਫਿਰ ਟੈਂਕਰ ਜਦੋਂ ਆਇਆ ਅਤੇ ਸਾਡੀ ਭੀੜੀ ਗਲੀ 'ਚ ਆਇਆ, ਐਵੇਂ ਨਹੀਂ ਵੀ ਘਰ ਦੇ ਸਾਹਮਣੇ ਟੈਂਕਰ ਖੜ੍ਹਾ ਹੋ ਸਕੇ, ਘਰ ਦੇ ਸਾਹਮਣੇ ਟੈਂਕਰ ਨਹੀਂ ਖੜ੍ਹਾ ਹੋ ਸਕਦਾ ਹੈਗਾ, ਜਿਹੜੀ ਖੁੱਲ੍ਹੀ ਗਲੀ ਆ ਉੱਥੇ ਖੜ੍ਹਾ ਹੁੰਦਾ ਵਾ, ਅਤੇ ਸਾਨੂੰ ਭੀੜੀ ਗਲੀ ਵਾਲਿਆਂ ਨੂੰ ਜਾ ਕੇ ਖੁੱਲ੍ਹੀ ਗਲੀ 'ਚ ਜਾ ਕੇ ਉੱਥੋਂ ਬਾਲਟੀਆਂ ਦੇ ਪਾਣੀ ਲੈ ਕੇ ਆਉਣਾ ਪੈਂਦਾ ਵਾ, ਸਾਨੂੰ ਆਹ ਵਾਲੀ ਵੀ ਦਿੱਕਤ ਬਹੁਤ ਜ਼ਿਆਦਾ ਵਾ। ਅਤੇ ਜੀ ਉੱਥੋਂ ਪਾਣੀ ਲੈ ਕੇ ਆ ਰਹੇ ਸੀ, ਫਿਰ ਜਾਨਵੀ ਵੀ ਲੱਗ ਗਈ ਨਾਲ ਛੋਟੀ ਬਾਲਟੀ ਲੈ ਕੇ ਪਾਣੀ ਢੋਣ, ਫਿਰ ਮੈਂ ਸੋਚਿਆ ਮੈਂ ਵੀ ਚਲੇ ਜਾਂਦੀ ਹਾਂ ਨਾਲ ਪਾਣੀ ਲੈਣ। ਅਤੇ ਜਦੋਂ ਤੱਕ ਜੀ ਮੈਂ ਗਈ ਹਾਂ ਉਦੋਂ ਤੱਕ ਟੈਂਕਰ ਖਾਲੀ ਹੋ ਚੁੱਕਿਆ ਸੀ ਕਿਉਂਕਿ ਸਭ ਨੇ ਪਾਣੀ ਲੈ ਲਿਆ ਸੀਗਾ। ਅਤੇ ਇੱਥੇ ਜੀ ਮੈਂ ਦਿਨ ਵਾਲਾ ਦੁੱਧ ਵੀ ਰੱਖਤਾ ਵਾ ਗੈਸ 'ਤੇ ਗਰਮ ਹੋਣ ਵਾਸਤੇ, ਅਤੇ ਉੱਧਰ ਜਾਨਵੀ ਲੈ ਕੇ ਆਈ ਸੀ ਤਾਜ਼ਾ ਦੁੱਧ, ਅਤੇ ਮੈਂ ਤਾਜ਼ਾ ਦੁੱਧ ਨੂੰ ਵੀ ਰੱਖਤਾ ਵਾ ਗਰਮ ਹੋਣ ਵਾਸਤੇ, ਮੈਂ ਚਲੋ ਗਰਮ ਹੋ ਜਾਏਗਾ ਸਾਈਡ 'ਤੇ। ਅਤੇ ਭਾਵਨਾ ਨੂੰ ਬਿਠਾਤਾ ਸੀ ਜਾਨਵੀ ਕੋਲ ਦੁਬਾਰਾ ਦਵਾਈ ਦਵੂਈ ਦੇ ਕੇ, ਚਲ ਬੈਠੀ ਰਹੂਗੀ ਨਹੀਂ ਤਾਂ ਬਾਹਰ ਫਿਰੂਗੀ ਘੁੰਮਣ ਵਾਸਤੇ। ਅਤੇ ਅੱਜ ਜਾਨਵੀ ਜਦੋਂ ਮੋਟਰ ਕਢਾ ਰਹੀ ਸੀ ਬਾਹਰ, ਉਦੋਂ ਹੁਸਨ ਆ ਗਈ ਅੰਦਰ ਭਾਵਨਾ ਕੋਲ, ਕਿਉਂਕਿ ਭਾਵਨਾ ਸੁੱਤੀ ਸੀ ਅਤੇ ਹੁਸਨ ਆ ਗਈ ਭਾਵਨਾ ਕੋਲ, ਅਤੇ ਜਾਨਵੀ ਦੀ ਕਾਪੀ ਵਗੈਰਾ ਪਈ ਸੀ ਅਤੇ ਉਹਨੇ ਵੀ ਅੱਜ ਉਹਦੀ ਕਾਪੀ ਵਗੈਰਾ ਪਾੜਤੀ, ਲਿਖਿਆ ਹੋਇਆ ਸਾਰਾ ਕੰਮ ਪਾੜਤਾ ਹੁਸਨ ਨੇ। ਬਟ ਹੈ ਨਾ ਆਪਣੇ ਬੱਚੇ ਨੂੰ ਤਾਂ ਆਪਾਂ ਡਾਂਟ ਸਕਦੇ ਹਾਂ, ਹੁਸਨ ਨੂੰ ਕੁਛ ਕਹਿ ਵੀ ਨਹੀਂ ਸਕਦੇ ਸੀਗੇ, ਚਲੋ ਬੱਚੇ ਨੂੰ ਪਤਾ ਵੀ ਕੀ ਆ ਹੈ ਨਾ ਵੀ ਆ ਪੜਨ ਵਾਲੀ ਚੀਜ਼ ਹੈ ਜਾਂ ਨਹੀਂ। ਅਤੇ ਐਵੇਂ ਜੀ ਜਾਨਵੀ ਦਾ ਇੱਕ ਹੋਰ ਨੁਕਸਾਨ ਹੋ ਗਿਆ ਅੱਜ। ਅਤੇ ਇੱਥੇ ਮੈਂ ਲੱਗ ਗਈ ਸੀ ਫਿਰ ਰਾਤ ਦੀਆਂ ਰੋਟੀਆਂ ਬਣਾਉਣ ਵਾਸਤੇ, ਜਾਨਵੀ ਨੇ ਆਟਾ ਗੁੰਨਦਾ ਸੀ, ਮੈਂ ਰੋਟੀਆਂ ਬਣਾਤੀਆਂ। ਅਤੇ ਆਹ ਦੇਖ ਲਓ ਬਾਲਟੀ ਸਾਡੀ ਟੈਂਕ 'ਚ ਪਈ ਹੈ, ਹੁਣ ਕਿੰਨੇ ਦਿਨ ਹੋ ਗਏ ਕਿਉਂਕਿ ਇਹਦੇ 'ਚ ਅਸੀਂ ਪਾਣੀ ਲਿਆ ਕੇ ਇਹਦੇ 'ਚ ਹੀ ਅਸੀਂ ਭਾਂਡੇ ਮਾਂਜਦੇ ਹਾਂ ਬਾਲਟੀ ਦੇ ਨਾਲ ਹੀ। ਵੈਸੇ ਸਾਰੇ ਕਹਿ ਤਾਂ ਰਹੇ ਨੇ ਵੀ ਕੱਲ੍ਹ ਤੱਕ, ਕੱਲ੍ਹ ਦੁਪਹਿਰ ਤੱਕ ਟੂਟੀ ਵਾਲਾ ਸਮਰਸੀਬਲ ਜਿਹੜਾ ਉਹ ਸਹੀ ਹੋ ਜਾਏਗਾ ਜਿਹੜਾ ਖਰਾਬ ਹੋ ਰਿਹਾ ਵਾ, ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਅਤੇ ਜਿਨ੍ਹਾਂ ਦੇ ਸਮਰਸੀਬਲ ਘਰ ਲੱਗ ਰਹੇ ਨੇ ਖਰਾਬ ਹੋ ਰਹੇ ਸੀ, ਉਹਨਾਂ ਨੇ ਸਾਰਿਆਂ ਨੇ ਆਪਣੇ ਸਮਰਸੀਬਲ ਠੀਕ ਕਰਵਾ ਲਿਆ, ਕਿਉਂਕਿ ਟੈਂਕਰ 'ਚੋਂ ਵੀ ਕਿੰਨਾ ਕੁ ਪਾਣੀ ਲੈ ਲੈਣਗੇ ਆ। ਅੱਜ ਕੱਲ੍ਹ ਤਾਂ ਸਭ ਦੀ ਫੀਟਿੰਗ ਉੱਤੇ ਹੈ, ਭਾਂਡੇ ਵੀ ਅੰਦਰ ਹੀ ਮਾਂਜੀਦੇ ਆ, ਨਹਾਉਣਾ ਵੀ ਉੱਥੇ ਹੀ ਹੈ, ਪਹਿਲਾਂ ਤਾਂ ਚਲੋ ਘੜੇ ਭਰ ਭਰ ਰੱਖ ਦਿੰਦੇ ਸੀ, ਅਤੇ ਹੁਣ ਤਾਂ ਟੂਟੀ ਵਾਲਾ ਸਿਸਟਮ ਕਰਤਾ ਸਭ ਨੇ ਆਪਣੇ ਘਰਾਂ 'ਚ, ਇਸ ਕਰਕੇ ਫਿਰ ਟੂਟੀ 'ਤੇ ਪਾਣੀ ਚੜਾਇਆ ਨਹੀਂ ਜਾਂਦਾ ਹੈਗਾ ਥੱਲਿਓ, ਅਤੇ ਇਸ ਕਰਕੇ ਜਿਨ੍ਹਾਂ ਨੇ ਟੈਂਕ ਸਮਰਸੀਬਲ ਖਰਾਬ ਸੀਗੇ ਸਾਰਿਆਂ ਨੇ, ਉਹਨਾਂ ਨੇ ਆਪਣੇ ਲੋਟ ਕਰਾਏ, ਸਾਡੀ ਗਲੀ 'ਚ ਕਈਆਂ ਨੇ ਲੋਟ ਕਰਾਏ ਆਪਣੇ ਸਮਰਸੀਬਲ, ਅਤੇ ਅਸੀਂ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਾਡਾ ਤਾਂ ਹੋ ਨਹੀਂ ਸਕਿਆ ਹੈਗਾ। ਅਤੇ ਹੁਣ ਅਸੀਂ ਟੂਟੀ ਦਾ ਹੀ ਪ੍ਰਬੰਧ ਕਰਾਂਗੇ।
ਅਤੇ ਜੀ ਪਾਣੀ ਦੇਖਦੇ ਹਾਂ ਕੱਲ੍ਹ ਤੱਕ ਆ ਜਾਏਗਾ ਤਾਂ ਫਿਰ ਚਲੋ ਵਧੀਆ ਟੈਂਕੀ ਵੀ ਭਰ ਲਵਾਂਗੇ ਅਤੇ ਆਪਣਾ ਢੋਲ ਵੀ ਭਰ ਲਵਾਂਗੇ ਅਤੇ ਕੱਪੜੇ ਵੀ ਮੇਰੇ ਬਹੁਤ ਜ਼ਿਆਦਾ ਧੋਣ ਵਾਲੇ ਹੋ ਰਹੇ ਨੇ ਅਤੇ ਕੱਪੜੇ ਜਾਂ ਤਾਂ ਜੇ ਨਹੀਂ ਆਈ ਤਾਂ ਫਿਰ ਮੈਂ ਕਿਸੇ ਦੇ ਘਰ ਧੋ ਕੇ ਆਊਂਗੀ ਅਤੇ ਨਹੀਂ ਤਾਂ ਫਿਰ ਆ ਗਈ ਤਾਂ ਫਿਰ ਮੈਂ ਘਰ ਧੋਊਂਗੀ। ਅਤੇ ਕਈ ਵਾਰ ਨਾ ਐਵੇਂ ਦੀ ਦਿੱਕਤ ਆ ਜਾਂਦੀ ਹੈ, ਬੰਦਾ ਕੁਛ ਕਰ ਵੀ ਨਹੀਂ ਸਕਦਾ ਹੈਗਾ, ਖਾਸ ਕਰ ਮਿਡਲ ਕਲਾਸ ਫੈਮਿਲੀ। ਗਰੀਬ ਬੰਦਾ ਆਪਣੇ ਆਪ ਨੂੰ ਗਰੀਬ ਕਹਿ ਦਿੰਦਾ ਵਾ, ਅਮੀਰ ਬੰਦਾ ਆਪਣੇ ਆਪ ਨੂੰ ਅਮੀਰ ਕਹਿ ਦਿੰਦਾ ਵਾ, ਅਤੇ ਮਿਡਲ ਕਲਾਸ ਫੈਮਿਲੀ ਕੁਛ ਕਹਿ ਵੀ ਨਹੀਂ ਸਕਦੀ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਵੀ ਹੁੰਦੇ ਨਾ, ਤਾਂ ਵੀ ਉਹਨਾਂ ਨੂੰ ਮਤਲਬ ਐਡਜਸਟ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ। ਮੈਂ ਕਈ ਦਿਨਾਂ ਦੀ ਸੋਚ ਰਹੀ ਹਾਂ ਮੈਂ ਦਵਾਈ ਲੈ ਕੇ ਆਊਂਗੀ, ਦਵਾਈ ਲੈ ਕੇ ਆਊਂਗੀ, ਬਟ ਪੈਸੇ ਦੀ ਪ੍ਰੋਬਲਮ ਕਰਕੇ ਮੈਂ ਲੈ ਕੇ ਨਹੀਂ ਆ ਰਹੀ ਹੈਗੀ, ਅਤੇ ਫਿਰ ਵੀ ਸਾਡੇ ਇੱਧਰ ਉੱਧਰ ਲੱਗੀ ਜਾ ਰਹੇ ਨੇ। ਹੁਣ ਮਿਸਤਰੀ ਸਿਰਫ ਦੇਖ ਕੇ ਗਿਆ ਸੀ ਵੀ ਮੋਟਰ 'ਚ ਕਿਆ ਖਰਾਬੀ ਹੈ, ਫਿਰ ਵੀ ਉਹ 350 ਰੁਪਇਆ ਲੈ ਗਿਆ, ਅਤੇ ਕੁਛ ਕਹਿ ਨਹੀਂ ਸਕਦੇ ਹੈਗੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਪਰ ਐਵੇਂ ਆਸ ਹੁੰਦੀ ਆ ਵੀ ਜਿਹੜੇ ਚਲੋ ਜਿਵੇਂ ਚੰਗੇ ਦਿਨ ਨਹੀਂ ਰਹਿੰਦੇ ਸਦਾ, ਹੈ ਨਾ, ਮਾੜੇ ਦਿਨ ਵੀ ਨਹੀਂ ਰਹਿਣਗੇ, ਵੀ ਚਲੋ ਕਦੀ ਤਾਂ ਦਿਨ ਟੱਪਣਗੇ। ਇੱਕ ਆਸ ਜੀ ਮਨ 'ਚ ਉਮੀਦ ਜੀ ਹੁੰਦੀ ਆ ਵੀ ਚਲੋ ਆਹ ਵੀ ਦਿਨ ਟੱਪ ਜਾਣਗੇ। ਕੁਛ ਨਾ ਮੇਨ ਦਿੱਕਤ ਆ ਕਿ ਆਹ ਵਾ ਕਿ ਕੰਮ ਨਹੀਂ ਚੱਲਦਾ ਹੈਗਾ, ਇਹਦੇ ਡੈਡੀ ਦਾ ਬਿਲਕੁਲ ਕੰਮ ਨਹੀਂ ਹੈ, ਕਦੀ ਇੱਕ ਦਿਨ ਜਾ ਜਾਂਦੇ ਆ, ਇੱਕ ਦਿਨ ਨਹੀਂ ਤਾਂ ਨਾ ਸਹੀ, ਵੀ ਕਾਫੀ ਦਿਨਾਂ ਤੋਂ ਕੰਮ ਨਹੀਂ ਹੈਗਾ। ਪਤਾ ਨਹੀਂ ਸਾਰੀ ਮਾਰਕੀਟ 'ਚ ਮੰਦੀ ਆਈ ਹੋਈ ਹੈ, ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਵੀ ਨਹੀਂ ਹੈਗਾ ਨਾ, ਅਤੇ ਵਿਆਹਾਂ ਦਾ ਸੀਜ਼ਨ ਹੁੰਦਾ ਤਾਂ ਉਹਨਾਂ ਕਰਕੇ ਬਹੁਤ ਲੋਕਾਂ ਦੇ ਕਾਰੋਬਾਰ ਚੱਲਦੇ ਨੇ, ਹਲਵਾਈ ਦਾ, ਟੈਂਟ ਵਾਲੇ ਦਾ, ਫਰਨੀਚਰ ਵਾਲੇ ਦਾ, ਸਭ ਦਾ ਚੱਲਦਾ ਵਾ। ਅਤੇ ਅੱਜ ਤਾਂ ਬਲੋਕ 'ਚ ਜੀ ਤੁਹਾਡੇ ਨਾਲ ਦੁੱਖ ਹੀ ਸਾਂਝਾ ਕੀਤਾ ਵਾ, ਦੁੱਖ ਸੁੱਖ ਸਾਂਝਾ ਕੀਤਾ ਵਾ। ਧੰਨਵਾਦ ਜੀ, ਬਾਏ ਬਾਏ ਜੀ, ਹੱਸਦੇ ਵੱਸਦੇ ਰਹੋ ਜੀ।